ਪੀਟੀਆਈ ਦੇ ਜਨਾਬ ਚੇਅਰਮੈਨ ਨੇ ਤੇ ਸਾਡੇ ਮੁਲਕ ਦੇ ਵਜ਼ੀਰ-ਏ-ਆਜ਼ਮ ਰਹੇ ਨੇ ਕੈਦੀ ਨੰਬਰ 804 ਨੂੰ ਮਿਲਦਾ ਜੀ ਸੋਮਵਾਰ ਵਾਲੇ ਦਿਨ ਸਵੇਰ ਜਨਾਬ ਉਹਨਾਂ ਨੂੰ ਦਿੱਤਾ ਜਾਂਦਾ ਸੀ ਬ੍ਰੈਡ ਆਂਡਾ ਦਹੀਂ ਤੇ ਨਾਲ ਚਾਹ ਰਾਤ ਨੂੰ ਦਿੰਦੇ ਆ ਜੀ ਚੌਲ ਦਾਲ ਮੰਗਲ ਨੂੰ ਦਾਲ ਦਿੰਦੇ ਆ ਰੋਟੀ ਦਿੰਦਾ ਅੱਗੇ ਆ ਗਿਆ ਜੀ ਬੁੱਧ ਜਿਹੜੀ ਮੰਗਲ ਵਾਲੇ ਦਿਨ ਦਾਲ ਬਚੀ ਆ ਜੀ ਦਾਲ ਉਹ ਦੇਤੀ ਜੁਮੇ ਰਾਤ ਨੂੰ ਫਿਰ ਦਾਲ ਆ ਗਈ ਉਮੀਦ ਕਰਦੇ ਆ ਕਿ ਦੁਵਾਰ ਨੂੰ ਕੋ ਕੁੱਕੜ ਛੁੱਕੜ ਕੋ ਬੱਕਰਾ ਛਕੜਾ ਪੱਕਾ ਹੋ ਗਿਆ ਖਾਨ ਸਾਹਿਬ ਵਾਸਤੇ ਦੁਪਹਿਰ ਦੇ ਟਾਈਮ ਫਿਰ ਦਾਲ ਦੇਤੀ ਆ ਰਾਤ ਨੂੰ ਫਿਰ ਉਹੀ ਜਿਹੜੀ ਦਾਲ ਬਜੀ ਸੀ ਉਹਦੇ ਨਾਲ ਚੌਲ ਭਰਾਵਾਲ ਕੇ ਦੇ ਦਿੱਤੇ ਆ ਔਨ ਡਿਮਾਂਡ ਆਫ ਦੀ ਪਟੀਸ਼ਨਰ ਟੁਆਇਸ ਆ ਵੀਕ ਦੇਸੀ ਚਿਕਨ ਐਂਡ ਵਾਂਸ ਆ ਵੀਕ ਮਟਰਨ ਕੁਕਡ ਇਨ ਦੇਸੀ ghee ਪਹਿਲੇ ਤਾਂ ਮੇਰੀ ਤੁਸੀਂ ਤਾਰੀਫੇ ਕਰਨੀ ਆ ਕਿ ਮੈਂ ਆਈਡੀ ਲੰਮੀ ਅੰਗਰੇਜ਼ੀ ਇਕੱਠੀ ਇੱਕੋ ਵਾਰੀ ਪੜ ਲਈ ਤੇ ਚਿਕਨ ਜਿਹੜਾ ਵਾ ਦੇਸੀ ਕੁੱਕੜ ਕਿਉਂ ਦੇ ਦਿੰਦੇ ਆ ਬਾਕੀ ਜਿਹੜਾ ਮੈਨਿਊ ਉਹਦੇ ਵਿੱਚ ਦਾਲ ਨੇਤਬਾਈ ਫੇਰੀ ਪਈ ਆ ਦਾਲ ਚੁਗੜ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੀ ਤਦਾਦ ਵਧਾਓ ਦਾਲ ਜ਼ਿਆਦਾ ਵਾ ਜਾਂ ਦਾਲ ਨੂੰ ਘਟਾ ਲਓ ਤਾਂ ਕਿ ਉਹ ਜਿਹੜਾ ਕੁੱਕੜ ਤੁਸੀਂ ਇੱਕ ਦੀ ਵਾਰੀ ਦੇਣਾ ਉਹਦੇ ਚ ਕੁੱਕੜ ਮੈਨੇਜ ਕਰ ਲਵੇ ਅਸਲਾਮੁਅਲੈਕੁਮ ਨਾਜ਼ਰੀਨ ਅੱਛਾ ਨਾਜ਼ਰੀਨ ਇੱਕ ਨਾ ਮਰੀਦ ਦੇ ਘਰ ਨਾ ਪੀਰ ਚਲਾ ਜਾਂਦਾ ਤੇ ਮਰੀਦ ਹੋਰ ਇਹਨਾਂ ਦਾਲ ਬਕਾ ਲੈਂਦੇ ਉਹ ਦਾਲ ਪੀਰ ਹੋਰ ਇਹ ਸਬਰ ਸ਼ੁਕਰ ਕਰਕੇ ਖਾਂਦੇ ਅਗਲਾ ਦਿਨ ਹੁੰਦਾ ਛੱਡਦਾ ਅਗਲੇ ਦਿਨ ਫਿਰ ਦਾਲ ਬਕਾ ਲੈਂਦੇ ਉਹ ਫਿਰ ਪੀਰ ਹੋਰ ਇਹ ਦਾਲ ਦੂਲ ਦੇ ਨਾਲ ਰੋਟੀ ਮਾਲ ਮੁੱਲ ਕੇ ਖਾਂਦੇ ਤੇ ਦੇਣ ਲੰਘ ਜਾਂਦਾ ਉਹ 30 ਦਿਨ ਫਿਰ ਮਰੀਦ ਹੋਰ ਇਹਨਾਂ ਦਾਲ ਬਕਾ ਲਈ ਤੇ ਪੀਰ ਹੋਰਾਂ ਦਾਲ ਦੂਲ ਖਾਦੀ ਚੌਥਾ ਦਿਨ ਪਿਆ ਤੇ ਮਰੀਜ਼ ਹੋਰਾਂ ਨਾ ਪੀਰ ਕੋ ਪੁੱਛ ਲਿਆ ਕਿ ਪੀਰ ਜੀ ਕੀ ਬਕਾਈਏ ਤੇ ਪੀਰ ਹੋਰੀ ਕਹਿੰਦੇ ਕੋਈ ਦਾਲ ਚੁਗਣ ਵਾਲੀ ਸ਼ਾਇ ਬਕਾ ਲੋ ਮਤਲਬ ਕੋਈ ਕੁੱਕੜ ਛੁੱਕੜ ਬਕਾ ਲੋ ਉਹ ਹਾਲ ਹੋਣ ਡਿਆ ਜੇ ਸਾਡੇ ਇਮਰਾਨ ਖਾਨ ਦੇ ਨਾਲ ਨਾ ਜੇਲ੍ਹ ਦੇ ਵਿੱਚ ਪੀਟੀਆਈ ਦੇ ਜਨਾਬ ਚੇਅਰਮੈਨ ਨੇ ਤੇ ਸਾਡੇ ਮੁਲਕ ਦੇ ਵਜ਼ੀਰ-ਏ-ਆਜ਼ਮ ਰਹੇ ਨੇ ਸਾਬਕਾ ਤੇ ਉਹਨਾਂ ਦੇ ਵਿੱਚ ਹੁਣ ਹਾਲਤ ਇਹ ਆ ਕਿ ਇਹ ਮੇਰੇ ਕੋਲ ਨਾ ਇੱਕ ਉਹਨਾਂ ਦੇ ਨਾ ਜੇਲ੍ਹ ਦਾ ਮੀਨੂ ਆਇਆ ਜਿਹਦੇ ਮੁਤਾਬਕ ਨਾ ਖਾਨ ਸਾਹਿਬ ਨੂੰ ਰੋਟੀ ਦਿੱਤੀ ਜਾਂਦੀ ਹੈ ਸੋਮਵਾਰ ਵਾਲੇ ਦਿਨ ਸਵੇਰ ਜਨਾਬ ਉਹਨਾਂ ਨੂੰ ਦਿੱਤਾ ਜਾਂਦਾ ਜੀ ਬ੍ਰੈਡ ਆਂਡਾ ਦਹੀਂ ਤੇ ਨਾਲ ਚਾਹ ਦੁਪਹਿਰ ਦੇ ਟਾਈਮ ਆ ਜਾਂਦਾ ਜੀ ਕੋਈ ਸਬਜ਼ੀ ਆ ਜਾਂਦੀ ਹੈ ਨਾ ਰੋਟੀ ਆ ਜਾਂਦੀ ਹੈ ਫਿਰ ਨਾਲ ਸਲਾਦ ਤੇ ਕੋਈ ਰਤਾਸ਼ਾਦ ਦੇ ਦਿੰਦੇ ਆ ਜੀ ਰਾਤ ਨੂੰ ਦਿੰਦੇ ਆ ਜੀ ਚੌਲ ਦਾਲ ਤੇ ਨਾਲ ਸਲਾਦ ਸਲੂਦ ਕੋਈ ਆ ਗਈ ਸੀਜ਼ਨਲ ਫਰੂਟ ਜਿਹੜਾ ਕੋਈ ਇੱਕ ਉਹਦਾ ਦੇ ਦਿੰਦੇ ਨਾਲ ਅੱਗੇ ਆ ਗਿਆ ਜੀ ਮੰਗਲ ਮੰਗਲ ਨੂੰ ਨਾਸ਼ਤਾ ਤਾਂ ਸੇਮ ਹੋਈ ਹੈ ਨਾ ਨਾਸ਼ਤੇ ਦੇ ਵਿੱਚ ਫਿਰ ਉਹਨਾਂ ਨੂੰ ਦਿੱਤਾ ਜੀ ਬ੍ਰੈਡ ਆਮਲੇਟ ਕੋ ਚਾਹ ਤੇ ਨਾਲ ਕੋ ਜਿਹੜੀ ਵਿਸ਼ਾ ਆ ਦਹੀਂ ਤੇ ਵੈਸੇ ਕੋਈ ਚਾਹ ਦਾ ਕੋ ਜੋੜ ਹੈ ਕੋਈ ਨਹੀਂ ਲੇਕਿਨ ਉਹ ਦੇ ਜੰਦੇ ਕਿਉਂਕਿ ਖਾਨ ਹੋਰੀ ਬਜ਼ੁਰਗ ਆਦਮੀ ਨੇ ਖਾਈ ਪੀ ਜਾਂਦੇ ਪਹਿਲੇ ਵੀ ਹਰ ਸ਼ੈ ਖਾ ਖਾ ਜਾਂਦੇ ਸੀਗੇ ਅੱਗੇ ਆ ਗਿਆ ਦੁਪਹਿਰ ਦਾ ਟਾਈਮ ਮੰਗਲ ਦੀ ਮੰਗਲ ਨੂੰ ਦਾਲ ਦਿੰਦੇ ਆ ਰੋਟੀ ਦਿੰਦੇ ਆ ਜੀ ਨਾਲ ਸਲਾਦ ਦਿੰਦੇ ਆ ਰਾਤ ਨੂੰ ਉਹੀ ਜਿਹੜੀ ਦਾਲ ਬਚਦੀ ਆ ਉਹਦੇ ਨਾਲ ਥੋੜੇ ਚੌਲ ਬੋਇਲ ਕਰਦੇ ਆ ਤੇ ਨਾਲ ਦਹੀਂ ਤੇ ਸਲਾਦ ਦੇ ਦਿੰਦੇ ਆ ਅੱਗੇ ਆ ਗਿਆ ਜੀ ਬੁੱਧ ਬੁੱਧ ਨੂੰ ਸਵੇਰੇ ਫੇਰ ਬ੍ਰੈਡ ਆਂਡਾ ਦਹੀਂ ਦੇ ਵਿੱਚ ਚਾਹ ਪਾ ਕੇ ਕਿ ਪਤਾ ਨਹੀਂ ਚਾਹ ਦੇ ਵਿੱਚ ਦਹੀਂ ਪਾ ਕੇ ਇਹ ਦੀ ਨਹੀਂ ਲਾਜਿਕ ਸਮਝ ਆਈ ਫਿਰ ਮੈਨੂੰ ਅੱਗੇ ਆ ਗਈ ਦੁਪਹਿਰ ਦਾ ਟਾਈਮ ਜਿਹੜੀ ਮੰਗਲਵਾਰ ਦੇ ਦਿਨ ਦਾਲ ਬਚੀ ਹੈ ਜੀ ਦਾਲ ਉਹ ਦੇਤੀ ਨਾਲ ਨਾਲ ਰੋਟੀ ਦੇਤੀ ਤੇ ਨਾਲ ਸਲਾਦ ਸਲੂ ਦੇਤਾ ਸ਼ਾਮ ਪੈ ਗਈ ਜੀ ਰਾਤ ਆ ਗਈ ਰਾਤ ਫਿਰ ਥੋੜੇ ਜਿਹਾ ਚੌਲ ਬੋਇਲ ਕਰ ਲਏ ਤੇ ਜਿਹੜੀ ਦਿਨੇ ਦੁਪਹਿਰ ਦੇ ਟਾਈਮ ਦਾਲ ਬਚੀ ਸੀਗੀ ਉਹਦੇ ਨਾਲ ਦਾਲ ਚੌਲ ਬਣਾ ਕੇ ਦੇ ਤੇ ਨਾਲ ਸਲਾਦ ਸਲੂ ਦੇਤਾ ਅੱਗੇ ਆ ਗਈ ਜੁਮੇ ਰਾਤ ਜੁਮੇ ਰਾਤ ਨੂੰ ਫੇਰ ਸਵੇਰੇ ਬਰੈਡ ਆ ਗਈ ਆਂਡਾ ਆ ਗਿਆ ਦਹੀਂ ਆ ਗਈ ਚਾਹ ਆ ਗਈ ਤੇ ਦੁਪਹਿਰ ਦਾ ਟਾਈਮ ਆ ਗਿਆ ਫਿਰ ਦਾਲ ਆ ਗਈ ਜੀ ਦਾਲ ਦੇ ਨਾਲ ਰੋਟੀ ਰੋਟੀ ਦੇ ਨਾਲ ਸਲਾਦ ਸਲਾਦ ਦੇ ਨਾਲ ਦਹੀਂ ਅੱਗੇ ਆ ਗਿਆ ਜੀ ਰਾਤ ਦਾ ਟਾਈਮ ਰਾਤੀ ਫਿਰ ਜਿਹੜੀ ਦਾਲ ਬਚੀ ਸੀ ਉਹਦੇ ਨਾਲ ਚੌਲ ਬਾਲ ਬਾਲ ਲੈ ਤੇ ਨਾਲ ਸਲਾਦ ਸਲੂਤ ਦੇਤੀ ਅੱਗੇ ਆ ਗਿਆ ਜੀ ਜੁਮਾ ਜੁਮੇ ਨੂੰ ਆ ਗਿਆ ਜੀ ਫੇਰ ਸਵੇਰੇ ਨਾਸ਼ਤੇ 'ਚ ਬਰੈਡ ਆਮਲੇਟ ਤੇ ਦਾਲ ਦਹੀਂ ਫਿਰ ਅੱਗੇ ਆ ਗਈ ਜੀ ਸ਼ੁਕਰ ਦਾਲ ਦਾ ਕੋਈ ਜੋਰ ਟੁੱਟਿਆ ਜੇ ਕਾਬੂ ਹੋ ਜਾਓ ਨਾਲ ਆ ਗਈ ਸਬਜ਼ੀ ਸਬਜ਼ੀ ਦੇ ਨਾਲ ਰੋਟੀ ਫਿਰ ਸਲਾਦ ਆ ਗਿਆ ਜੀ ਅੱਗੇ ਆ ਗਿਆ ਜੀ ਹਫਤਾ ਬਲਕੇ ਭਲੇ ਰਾਤ ਨੂੰ ਚਲ ਜੀਏ ਰਾਤ ਨੂੰ ਰਾਈਸ ਤੇ ਸਲਾਦ ਤੇ ਨਾਲ ਦਹੀਂ ਆ ਜੀ ਇਹ ਹਫਤੇ ਜੁਮੇ ਦੀ ਗੱਲ ਕਰ ਰਿਹਾ ਮੈਂ ਹਫਤੇ ਤੇ ਆ ਗਿਆ ਜੀ ਹਫਤੇ ਨੂੰ ਫਿਰ ਆ ਗਿਆ ਜੀ ਬ੍ਰੈਡ ਆਮਲੇਟ ਯੋਗਰਟ ਟੀ ਇਹ ਸਾਰਾ ਕੁਝ ਮਿਲਦਾ ਜੀ ਫਿਰ ਅੱਗੇ ਸੀਜ਼ਨਲ ਸਬਜ਼ੀ ਉਹ ਹੀ ਆਲੂ ਗੋਭੀ ਕੱਲ ਬਣਾਈ ਸੀ ਆਲੂ ਗੋਭੀ ਅੱਜ ਬਣਾ ਲਈ ਨਾਲ ਰੋਟੀ ਦੇਤੀ ਨਾਲ ਸਲਾਦ ਸਲੂਦ ਦੇਤਾ ਰਾਤ ਨੂੰ ਫਿਰ ਉਹੀ ਚੌਲ ਜਿਹੜੇ ਜੁਮੇ ਨੂੰ ਸੀਗੇ ਉਹ ਨਾਲ ਹੀ ਹਫ਼ਤੇ ਨੂੰ ਚੌਲ ਦੇਤੇ ਨਾਲ ਉਹ ਦੇਤਾ ਦਹੀਂ ਦੇਤਾ ਨਾਲ ਸਲਾਦ ਦੇਤਾ ਅੱਗੇ ਆ ਗਿਆ ਐਤਵਾਰ ਚਲੋ ਉਮੀਦ ਕਰਦੇ ਆਂ ਕਿ ਐਤਵਾਰ ਨੂੰ ਕੋਈ ਕੁੱਕੜ ਛੁੱਕੜ ਗੋਬਕੜਾ ਛਕੜਾ ਪੱਕਾ ਹੋਇਆਗਾ ਖਾਨ ਸਾਹਿਬ ਵਾਸਤੇ ਐਤਵਾਰ ਅੱਗੇ ਛੁੱਟੀ ਦਾ ਦਿਨ ਹੁੰਦਾ ਵਾ ਪੜ ਕੇ ਤਾਂ ਮੈਂ ਦੱਸਣਾ ਕੀ ਹੁੰਦਾ ਐਤਵਾਰ ਨੂੰ ਸਵੇਰ ਨਾਸ਼ਤਾ ਖਾਨ ਸਾਹਿਬ ਨੂੰ ਦਿੰਦੇ ਆ ਜੀਏ ਬ੍ਰੈਡ ਆਮਲੇਟ ਦਹੀਂ ਤੇ ਚਾਹ ਹਾਂ ਲੋ ਉਹ ਬੇੜੇ ਘਰ ਕੋ ਤੁਹਾਡੇ ਦੁਪਹਿਰ ਦੇ ਟਾਈਮ ਫਿਰ ਦਾਲ ਦੇਤੀ ਆ ਦਾਲ ਦੇ ਨਾਲ ਸਲਾਦ ਦੇਤੀ ਆ ਤੇ ਨਾਲ ਰੋਟੀ ਦੇਤੀ ਆ ਰਾਤ ਨੂੰ ਫਿਰ ਉਹੀ ਜਿਹੜੀ ਦਾਲ ਬਚੀ ਸੀ ਉਹਦੇ ਨਾਲ ਚੌਲ ਭਰਾ ਭਾਲ ਕੇ ਦੇ ਦਿੱਤੇ ਆ ਤੇ ਨਾਲ ਸਲਾਦ ਦੇ ਦਿੱਤਾ ਅੱਛਾ ਜੀ ਅੱਗੇ ਆ ਗਿਆ ਜੀ ਇੱਕ ਨੋਟ ਲਿਖਿਆ ਜੀ ਕੈਦੀ ਨੰਬਰ 804 ਨੂੰ ਮਿਲਦਾ ਜੀ ਔਨ ਡਿਮਾਂਡ ਆਫ ਦੀ ਪਟੀਸ਼ਨਰ ਟ्वाइस ਆਫ ਵੀਕ ਦੇਸੀ ਚਿਕਨ ਐਂਡ ਵਾਂਸ ਆ ਵੀਕ ਮਟਨ ਕੁਕਡ ਇਨ ਦੇਸੀ ਘੀ ਆਲਸੋ ਆਰ ਆਲਸੋ ਪ੍ਰੋਵਾਈਡਡ ਟੂ ਹਿਮ ਪਹਿਲੇ ਤਾਂ ਮੇਰੀ ਤੁਸੀਂ ਤਾਰੀਫ ਹੀ ਕਰਨੀ ਆ ਕਿ ਮੈਂ ਐਡੀ ਲੰਮੀ ਅੰਗਰੇਜ਼ੀ ਇਕੱਠੀ ਇੱਕੋ ਵਾਰੀ ਪੜ ਲਈ ਠੀਕ ਹੈ ਇਹ ਵੀ ਇੱਕ ਹਿੰਮਤ ਦੀ ਗੱਲ ਆ ਮੈਂ ਪੰਜਾਬੀ ਆਦਮੀ ਆ ਝਟਕਾ ਜਿਹਾ ਆਦਮੀ ਆ ਦੇਸੀ ਘਿਓ ਲਿਖਿਆ ਤੇ ਮੇਰੇ ਮੂੰਹ 'ਚ ਵੀ ਪਾਣੀ ਵਾ ਗਿਆ ਕਿ ਦੇਸੀ ਘਿਓ 'ਚ ਜਿਹੜਾ ਮਟਨ ਆ ਬੱਕਰੇ ਦਾ ਗੋਸ਼ਟ ਉਹ ਵੀ ਬਣਾ ਕੇ ਦਿੰਦੇ ਆ ਇਹ ਹਫਤੇ 'ਚ ਇੱਕ ਵਾਰੀ ਤੇ ਚਿਕਨ ਜਿਹੜਾ ਵਾ ਦੇਸੀ ਕੁੱਕੜ ਠੀਕ ਹੈ ਇਹ ਵੀ ਅਗਰ ਜਿਹੜਾ ਖਾਨ ਸਾਹਿਬ ਕਹਿਣ ਨਾ ਦੇ ਦੇ ਦਿੰਦੇ ਆ ਬਾਕੀ ਜਿਹੜਾ ਮੈਨਿਊ ਉਹਦੇ ਵਿੱਚ ਦਾਲ ਨੇ ਤਬਾਈ ਫੇਰੀ ਪਈ ਆ ਤੇ ਮੈਂ ਗੁਜ਼ਾਰਿਸ਼ ਕਰਾਂਗਾ ਹਕਾਵੇਂ ਬਾਲਾ ਅੱਗੇ ਕਿ ਕੋਈ ਦਾਲ ਚੁਗੜ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੀ ਤਦਾਦ ਵਧਾਓ ਦਾਲ ਜ਼ਿਆਦਾ ਵਾ ਜਾਂ ਦਾਲ ਨੂੰ ਘਟਾ ਲਓ ਤਾਂ ਕਿ ਉਹ ਜਿਹੜਾ ਕੁੱਕੜ ਤੁਸੀਂ ਇੱਕ ਅੱਧੀ ਵਾਰੀ ਦੇਣਾ ਵਾ ਉਹਦੇ ਵਿੱਚ ਕੁੱਕੜ ਮੈਨੇਜ ਕਰ ਲਵੇ ਜਾਂ ਫਿਰ ਜਿਹੜੇ ਜਿੰਨੀ ਦਾਲ ਆ ਮੇਰਾ ਤਾਂ خیال ਲੱਗੇ 11 12 ਕੁੱਕੜ ਇਕੱਠੇ ਹੋ ਜਾਣ ਤੇ ਫਿਰ ਵੀ ਦਾਲ ਜਿਹੜੇ ਚੁਗਦੇ ਰਹਿਣਗੇ ਦਾਲ ਬਚ ਜਾਣੀ ਦਾਲ ਬਹੁਤ ਦੇਂਦੇ ਤੇ ਖਾਨ ਸਾਹਿਬ ਦੀ ਆਦਤ ਆ ਖਾਨ ਸਾਹਿਬ ਖਾਂਦੇ ਵੀ ਖੁੱਲਾ ਵਾ ਤੇ ਸਾਡੇ ਮੁਲਕ ਦਾ وزیراعظم ਰਹਾ ਵਾ کافی دیر ਤੇ ਪਪੂਲਰ ਪਾਰਟੀ ਹੈਗੀ ਆ ਪਾਕਿਸਤਾਨ ਦੇ ਵਿੱਚ ਅਕੱਲ ਇਲੈਕਸ਼ਨ ਹੋਏ ਮਰਦਾਨ ਦੇ ਵਿੱਚ ਤੁਸੀਂ ਉੱਥੇ ਵੀ ਦੇਖ ਲਿਆ ਤੇ ਉਹਦੇ وزیراعظم ਨੂੰ ਤੁਸੀਂ ਸਹੂਲਿਯਾ ਜਿਹੜੀਆਂ ਕਮਸ ਕਮ ਘਰ ਦਾ ਖਾਣਾ ਬਜ਼ੁਰਗ ਆਦਮੀਆਂ ਘਰੋਂ ਖਾਣਾ ਉਹਦੇ ਵਾਸਤੇ ਪੱਕ ਕੇ ਆਵੇ ਜੋ ਉਹਨੇ ਕੀਤਾ ਕਰਾਇਆ ਉਹਦੀ ਜਦਾਸਦਾਇਕ ਅਲੱਦਾ ਗੱਲ ਆ ਲੇਕਿਨ ਸਾਡੇ ਮੁਲਕ ਦਾ وزیراعظم ਉਹਦੇ ਜਿਹੜਾ ਇਸ ਤਰ੍ਹਾਂ ਦਾ ਉਹਦੇ ਨਾਲ ਰਵਈਆ ਜਿਹੜਾ ਨਾ ਉਹ ਬਿਲਕੁਲ ਗੈਰ ਮناسب ਉਹਨੂੰ ਸਹੂਲਿਯਾ ਜਿਹੜੀਆਂ ਉਹ ਬਿਲਕੁਲ ਫਰਾਮ ਕੀਤੀਆਂ ਜਾਣੀਆਂ ਚਾਹੀਦੀਆਂ ਬਹੁਤ ਸ਼ੁਕਰੀਆ